ਹਾਂਜੀ, ਅੱਜ ਤੁਹਾਨੂੰ ਪਤਾ ਹੀ ਹੈ ਨਾ, ਸਾਰਿਆਂ ਨੂੰ ਜਿੰਨੇ ਵੀ ਤੁਸੀਂ ਵੀਡੀਓ ਦੇਖਦੇ ਹੋ ਤੁਹਾਨੂੰ ਸਾਰਿਆਂ ਨੂੰ ਪਤਾ ਸੀ ਭਾਨੇ ਸਿੱਧੂ ਬਾਈ ਨੇ ਅੱਜ ਬਾਹਰ ਆਉਣਾ, ਉਹਦੀ ਜਮਾਨਤ ਹੋਣੀ ਹੈ। ਅੱਜ ਬਾਈ ਨੇ ਘਰੇ ਜਾਣਾ ਸੀ, ਹੋਇਆ ਕੀ ਹੈ, ਸਾਰੀ ਭਾਨਾ ਸਿੱਧੂ ਬਾਈ ਦੀ ਟੀਮ, ਸਾਰੇ ਹੋਰ ਜਿੰਨੇ ਵੀ ਬਾਈ ਨੂੰ ਪਿਆਰ ਕਰਦੇ ਨੇ, ਚਲੋ ਐਂ ਸੀ ਵੀ ਚਲੋ ਆਪਾਂ ਜੇਲ੍ਹ ਨੂੰ ਚੱਲਦੇ ਹਾਂ, ਮਲੇਰਕੋਟਲੇ ਗਏ, ਪਰ ਉੱਥੇ ਜਾ ਕੇ ਹੁੰਦਾ ਕੀ ਹੈ, ਤੁਸੀਂ ਸਾਰੀਆਂ ਵੀਡੀਓ ਸਾਰਾ ਕੁਝ ਸੁਣ ਲਿਆ ਵੀ ਬਾਈ ਨੂੰ ਉੱਥੋਂ ਚੱਕਿਆ ਜਦੋਂ ਉਹਦੀ ਜਮਾਨਤ ਹੋ ਗਈ, ਸਿੱਧਾ ਪਟਿਆਲੇ ਲੈ ਆਏ, ਪਰਚਾ ਕਾਹਦਾ, ਫਿਰ ਉਹੀ ਛਵੀ ਖਰਾਬ ਕਰਨ ਵਾਲੀ ਗੱਲ ਆ ਗਈ ਹਨਾ, ਵੀ ਇੱਕ ਚੈਨੀ ਚੋਰ ਕਹਿੰਦੇ ਵੀ ਚੈਨੀ ਦਾ ਕੋਈ ਪਰਚਾ ਕਰਦਾ। ਤੁਸੀਂ ਇੱਕ ਚੀਜ਼ ਦੇਖੋ ਵੀ ਤਿੰਨ ਚਾਰ ਦਿਨਾਂ ਤੋਂ ਜਦੋਂ ਤੋਂ ਬਾਈ ਨੂੰ ਪੁਲਿਸ ਨੇ ਚੱਕਿਆ ਸੀ, ਉਸੇ ਤਰ੍ਹਾਂ ਤੋਂ ਪੋਜ਼ਿਟਿਵ ਵੀਡੀਓ ਆ ਰਹੀਆਂ ਸੀ ਸਾਰੀਆਂ ਬਾਰ ਵੀ ਭਾਨੇ ਸਿੱਧੂ ਨੇ ਸਾਡੇ ਵਾਸਤੇ ਇਹ ਕਰਿਆ, ਭਾਨੇ ਸਿੱਧੂ ਨੇ ਇੰਨੇ ਪੈਸੇ ਮੰਗਵਾਏ, ਉਹ ਸਾਰੀ ਜਿਹੜੀ ਗੇਮ ਇਹਨਾਂ ਨੇ ਬਣਾਈ ਸੀ ਉਹ ਝੂਠੀ ਪੈ ਗਈ, ਠੀਕ ਹੈ, 10,000 ਰੁਪਇਆ ਮੰਗਣ ਵਾਲੀ। ਜਦੋਂ ਲੋਕ ਕਹੀ ਜਾਂਦੇ ਨੇ ਵੀ ਸਾਡਾ 50-50 ਲੱਖ ਰੁਪਇਆ ਕਢਵਾ ਕੇ ਦੇਤਾ, ਸਾਡੇ ਕਹਿਣ ਦੇ ਬਾਵਜੂਦ ਭਾਨੇ ਨੇ ਪੈਸੇ ਦਾ ਕੀ ਲੈਣੇ ਸੀ, ਚਾਹ ਵੀ ਨਹੀਂ ਪੀਤੀ, ਗੱਡੀ 'ਚ ਤੇਲ ਵੀ ਨਹੀਂ ਪਵਾਇਆ, ਇੱਥੋਂ ਦੱਬ ਗਏ ਵੀ ਬੰਦਾ ਸੱਚਾ ਹੀ ਹੈ ਜਮਾਂ, ਆਪਾਂ ਇਹਨੂੰ ਝੂਠਾ ਸਾਬਤ ਕਰ ਨਹੀਂ ਸਕਦੇ। ਚਲੋ ਬਾਈ ਦੀ ਜਮਾਨਤ ਲੱਗ ਗਈ ਹਨਾ, ਉਹ ਹੁਣ ਇਹਨਾਂ ਨੇ ਕੀ ਕਰਿਆ, ਫੇਰ ਛਵੀ ਖਰਾਬ ਕਰਨ ਦੇ ਮਾਰਿਆਂ ਨੇ ਇਧਰਲੇ ਪਾਸੇ। ਮੈਂ ਤਾਂ ਯਾਰ ਦੋ ਚੀਜ਼ਾਂ ਦੇ ਸਵਾਲਾਂ ਦੇ ਜਵਾਬ ਮੰਗਦਾ, ਸਰਕਾਰ ਤੋਂ ਵੀ, ਪੁਲਿਸ ਤੋਂ ਵੀ, ਪ੍ਰਸ਼ਾਸਨ ਤੋਂ ਵੀ, ਤੁਸੀਂ ਸਾਨੂੰ ਇਹ ਚੀਜ਼ ਦਾ ਹੱਲ ਤਾਂ ਦੱਸ ਦਿਓ ਕੀ ਹੈ, ਜਿਹੜੇ ਠੱਗ ਏਜੰਟ ਬੈਠੇ ਨੇ, ਜਿਹੜੇ ਬੰਦੇ ਪੈਸੇ ਨਹੀਂ ਦੇ ਰਹੇ ਹੈਗੇ ਵਾਪਸ ਲੋਕਾਂ ਦੇ ਖਾਧੇ ਹੋਏ, ਤੁਸੀਂ ਸਾਨੂੰ ਹੱਲ ਦੱਸੋ। ਅਸੀਂ ਤੁਹਾਡੇ ਕੋਲ ਉਹ ਬੰਦਿਆਂ ਨੂੰ ਲੈ ਆਉਂਦੇ ਹਾਂ, MLA ਕੋਲ ਉਹਨਾਂ ਨੂੰ ਲੈ ਜਾਂਦੇ ਹਾਂ, 100-100 ਬੰਦੇ ਦਾ ਡੇਲੀ ਫੋਨ ਆਉਂਦਾ ਵੀ ਸਾਡੇ ਨਾਲ ਠੱਗੀ ਹੋ ਗਈ, ਸਾਡਾ ਗਰੀਬ ਪਰਿਵਾਰ ਹੈ, ਸਾਡੀ ਜ਼ਮੀਨ ਵਿਕ ਗਈ, ਸਾਡੇ ਗਹਿਣੇ ਪੈ ਜਾਂਦੇ, ਅਸੀਂ ਤੁਹਾਡੇ ਕੋਲ ਉਹਨਾਂ ਨੂੰ ਲੈ ਕੇ ਆਉਂਦੇ ਹਾਂ, ਤੁਸੀਂ ਆਪਦੇ ਤਰੀਕੇ ਨਾਲ ਉਹਨਾਂ ਦਾ ਮੈਟਰ ਸੋਰਟ ਆਊਟ ਕਰ ਦਿਓ, ਆਪਦੇ ਆਪਦੇ ਹਲਕੇ ਦੇ, ਆਪਦੇ ਆਪਦੇ ਜਿਹੜੇ ਪੁਲਿਸ ਸਟੇਸ਼ਨਾਂ 'ਚ ਲੋਕਾਂ ਨੇ ਕੰਪਲੇਂਟਾਂ ਲਿਖੀਆਂ ਹੋਈਆਂ ਨੇ, ਤੁਸੀਂ ਉਹਨਾਂ ਨੂੰ ਬੁਲਾ ਤਾਂ ਲੈਂਦੇ ਹੋ, ਇੱਕ ਵਾਰੀ ਉਹਨਾਂ 'ਤੇ ਬੁਲਾ ਕੇ ਮਾੜੀ ਮੋਟੀ ਕਾਰਵਾਈ ਕਰ ਦਿਓ, ਉਵੇਂ ਦੀ ਉਵੇਂ ਫਿਰ ਹੁਣ ਤੁਸੀਂ ਇਹ ਚੀਜ਼ ਦਾ ਜ਼ਿਆਦਾ ਹੱਲ ਦੱਸ ਦਿਓ ਭਾਨੇ ਨੂੰ ਕੀ ਲੋੜ ਹੈ ਫਿਰ ਇਹ ਚੱਕਰਾਂ 'ਚ ਪੈਣ ਦੀ, ਉਹ ਵੀ ਤਾਂ ਹੀ ਪੈ ਰਿਹਾ, ਨਹੀਂ ਤਾਂ ਤੁਸੀਂ ਐਂ ਦੇਖ ਲਓ ਅਵਤਾਰ ਬਾਈ ਵੀ ਆਹ ਜਿਹੜੀ ਉਮਰ ਹੈ ਇਹ ਉਮਰ ਇੱਕ ਐਸ਼ ਕਰਨ ਦੀ ਹੁੰਦੀ ਹੈ ਨਾ, ਬਾਕੀ ਜਿਹਦੇ ਕੋਲ ਸਾਰਾ ਕੁਛ ਹੈਗਾ ਉਹਨੂੰ ਤਾਂ ਚੱਕਰਾਂ 'ਚ ਪੈਣ ਦੀ ਲੋੜ ਕੀ ਹੈ, ਉਹ ਤਾਂ ਥਾਣੇ ਦੇ ਮੂਹਰ ਦੀ ਨਾ ਲੰਘੇ ਕਿਸੇ ਪਿੱਛੇ ਆ ਸਿਆਲਾਂ ਦੀਆਂ ਰਾਤਾਂ ਨੇ ਕੀ ਕੁਛ ਬਾਈ ਨਾਲ ਹੋਇਆ, ਤਸ਼ੱਦਦ ਕਿਉਂ ਝੱਲੇ ਬੰਦਾ, ਇੱਕ ਦਰਦ ਹੈ ਉਹਦੇ ਅੰਦਰ, ਫਿਰ ਇਹ ਦਰਦ ਹੁਣ ਹੋਰ ਬੰਦਾ ਕਿਵੇਂ ਛੱਡ ਸਕਦਾ ਕੋਈ ਹੋਰ ਆਹ ਚੀਜ਼ਾਂ ਨੂੰ ਦੇਖ ਕੇ ਜਿਵੇਂ ਧੱਕਾ ਹੋ ਰਿਹਾ। ਜਿਵੇਂ ਇਹਨਾਂ ਨੇ ਪਹਿਲਾਂ ਇੱਕ ਕੁੜੀ ਨੇ ਸ਼ਿਕਾਇਤ ਵੀ ਦਰਜ ਕਰਾਈ ਸੀ ਵੀ 10,000 ਰੁਪਇਆ ਭਾਨਾ ਮੰਗਦਾ, ਬਿਲਕੁਲ ਪੁਲਿਸ ਨੂੰ ਦੇਖਣਾ ਚਾਹੀਦਾ ਸੀ ਵੀ ਜਿਹੜੀ ਉਹ ਜਨਾਨੀ ਏਜੰਟ ਜਿਹਨੇ ਸ਼ਿਕਾਇਤ ਦਰਜ ਕਰਾਈ ਆ ਵੀ ਇਹਦਾ ਆਪਦਾ ਕਿਰਦਾਰ ਕਿਹੋ ਜਿਹਾ, ਤੇ ਉੱਥੇ ਕੰਪਲੇਂਟਾਂ ਉਸੇ ਥਾਣੇ 'ਚ ਹੋਈਆਂ ਵੀ ਹੋਈਆਂ, ਉਸੇ ਥਾਣੇ ਦੇ ਵਿੱਚ ਕੰਪਲੇਂਟਾਂ ਨੇ, ਪੈਸੇ ਦੱਬੇ ਹੋਏ ਆ ਉਹਨੇ ਲੋਕਾਂ ਦੇ, ਤੇ ਅੱਜ ਵੀ ਸਾਨੂੰ ਇੰਨੇ ਫੋਨ ਆਉਂਦੇ ਆ ਨਾ, ਤੇ ਮੈਂ ਬਹੁਤ ਜਲਦੀ ਉਹ ਲੋਕ ਵੀ ਸਾਹਮਣੇ ਲੈ ਕੇ ਆਊਂਗਾ ਜਿਨ੍ਹਾਂ ਲੋਕਾਂ ਦੇ ਪੈਸੇ ਉਹ ਕੁੜੀ ਦੇ ਕੋਲ ਫਸੇ ਹੋਏ ਆ। ਸਭ ਤੋਂ ਪਹਿਲਾਂ ਤਾਂ ਪ੍ਰਸ਼ਾਸਨ ਉਹਨੂੰ ਸਵਾਲ ਕਰੇ ਵੀ ਤੂੰ ਇੰਨੀ ਲੋਕਾਂ ਦੇ ਨਾਲ ਠੱਗੀ ਮਾਰੀ ਹੋਈ ਆ, ਤੂੰ ਇੰਨੇ ਲੋਕਾਂ ਦੇ ਪੈਸੇ ਦੱਬੇ ਹੋਏ ਆ, ਤੇ ਤੂੰ ਇੱਕ ਉਹ ਬੰਦਾ ਦੇ ਉੱਪਰ ਇਲਜ਼ਾਮ ਲਾਉਣੀ ਆ ਜਿਹਨੇ ਕਰੋੜਾਂ ਰੁਪਇਆ ਲੋਕਾਂ ਦਾ ਵਾਪਸ ਕਰਾਤਾ। ਇੱਕ ਬਾਈ 60 ਲੱਖ ਰੁਪਇਆ ਕੱਲ ਫੋਨ ਆਇਆ, 60 ਲੱਖ ਰੁਪਏ ਨਹੀਂ, ਕਹਿੰਦੇ ਸਾਡੇ ਨਾਲ ਠੱਗੀ ਮਾਰੀ ਹੈ ਤੇ ਉਹਦਾ ਜਿਹੜਾ ਲਾਇਸੈਂਸ ਹੈ ਅਸੀਂ ਰੱਦ ਕਰਾਇਆ। ਉਹ ਬੰਦੇ ਕਹਿੰਦੇ ਅਸੀਂ ਕੋਰਟ 'ਚ ਗਵਾਹੀ ਤੱਕ ਦੇਵਾਂਗੇ, ਤੇ ਉਹ ਬੰਦੇ ਹੋ ਗਏ, ਤੇ ਇੱਕ ਪੁਲਿਸ ਦੇ ਵਿੱਚ ਸੀ ਮੁਲਾਜ਼ਮ, ਜਿਹੜੇ ਬੰਦਿਆਂ ਦਾ ਪਰਿਵਾਰ ਉਹਨਾਂ ਨੇ ਚਲੋ ਫਾਈਲ ਲਾਈ ਹੋਣੀ ਆ, ਉਹਨਾਂ ਨੂੰ ਇਨਸਾਫ਼ ਨਹੀਂ ਮਿਲਿਆ, ਉਹ ਭਾਨੇ ਕੋਲ ਆਏ, ਭਾਨੇ ਨੇ ਉਹ ਬੰਦਿਆਂ ਦੇ ਪੈਸੇ ਵਾਪਸ ਕਰਾਏ, ਲੁੱਟ ਖੋਹ ਦਾ ਇਹਨਾਂ ਨੇ ਜਿਹੜਾ ਹੁਣ ਪਰਚਾ ਪਾਇਆ ਗਾ। ਠੀਕ ਹੈ, ਹੁਣ ਤੁਸੀਂ ਇੱਕ ਗੱਲ ਦੇਖੋ, ਲੱਖਾਂ ਲੋਕ ਇੰਸਟਾਗ੍ਰਾਮ ਇੱਕ ਸੋਸ਼ਲ ਮੀਡੀਆ ਉੱਥੇ ਭਾਨੇ ਨਾਲ ਜੁੜਿਆ, ਸਨੈਪਚੈਟ, ਫੇਸਬੁੱਕ, ਸਾਰੇ ਪਾਸੇ ਐਡੀ ਵੱਡੇ ਵੱਡੇ ਸਿੰਗਰਾਂ ਦੀ ਫੈਨ ਫੋਲੋਇੰਗ ਨਹੀਂ ਹੁੰਦੀ ਜਿੰਨੀ ਭਾਨੇ ਸਿੱਧੂ ਦੀ ਆ, ਤੇ ਹੁਣ ਮੈਨੂੰ ਦੱਸੋ ਵੀ ਭਾਨੇ ਨੇ ਕੋਈ ਐਡ ਕੀਤੀ ਆ ਆਪਦੇ ਸੋਸ਼ਲ ਮੀਡੀਆ ਅਕਾਊਂਟ ਤੇ ਰੀਲ ਪਾ ਕੇ ਕੋਈ, ਚਲੋ ਬਾਕੀ ਯਾਰ ਦੋਸਤ ਹੁਣ ਉਹਨਾਂ ਨਾਲ ਵੀਡੀਓ ਪਾ ਦਿੰਦਾ ਸਾਡੇ ਵਰਗਿਆਂ, ਉਹ ਦੱਸੋ ਭਾਨੇ ਨੇ ਕਿਸ ਤੋਂ ਐਡ ਕੀਤੀ ਹੋਵੇ। ਭਾਨੇ ਨੂੰ 10-10 ਲੱਖ ਰੁਪਇਆ ਲੋਕ ਦਿੰਦੇ ਆ ਵੀ ਸਾਡੀ ਐਡ ਕਰਦੇ, ਸਾਡੇ ਗਾਣੇ ਚ ਆ ਜਾ, ਸਾਡੇ ਐਂ ਕਰਦੇ, ਪਰ ਭਾਨੇ ਨੇ ਕਦੇ ਕੀਤਾ? ਉਹ ਵੀ ਸਿਰਫ ਜੇ ਕੋਈ ਲਿਆਜ ਆ ਜਿੱਥੇ ਬਸ ਲਿਆਜ ਪਿਆਰ ਚ ਕੁਝ, ਹਾਂ ਲਿਆਜ ਪਿਆਰ ਨਾਲ, ਬਾਕੀ ਪਹਿਲਾਂ ਸਿੱਧੂ ਮੂਸੇ ਵਾਲੇ ਬਾਈ ਨਾਲ ਸੀ ਉਹ ਬਾਈ ਨਾਲ, ਇਦੋਂ ਮੈਨੂੰ ਦੱਸੋ ਭਾਨੇ ਨੇ ਕੋਈ ਕੀਤਾ? ਮੈਂ ਕਿਹਾ ਪਹਿਲਾਂ ਵੀ ਕਹੀਆ, ਇੰਸਟਾਗ੍ਰਾਮ ਤੇ ਜਿਹੜੇ ਲੱਕ ਜੇ ਹਲਾਉਂਦੇ ਆ ਨਾ, ਇਹ ਵੀ 3-3 ਲੱਖ ਰੁਪਇਆ ਮਹੀਨੇ ਦਾ ਕਮਾ ਲੈਂਦੇ ਆ, ਤੇ ਭਾਨੇ ਦਾ ਕਿਰਦਾਰ ਤਾਂ ਫਿਰ ਵੀ ਕਿੱਡਾ ਗਾ, ਕਿੱਡਾ ਸਟੇਟਸ ਆ ਭਾਨੇ ਦਾ।
ਯਾਰ ਭਾਨਾ ਬਾਈ ਇੱਕ ਮਿੰਟ ਦੇ ਵਿੱਚ ਲੱਖ ਰੁਪਇਆ ਕਮਾ ਸਕਦਾ, ਇੰਨੀ ਉਹ ਪਹੁੰਚ ਰੱਖਦਾ। ਇਹ ਤਾਂ ਚੈਨੀਆਂ ਚੁੰਨੀਆਂ 10,000। ਅਸੀਂ ਇੱਕ ਗੱਲ ਕਹਿੰਦੇ ਯਾਰ, ਅਸੀਂ ਬਾਈ ਦੇ ਕੋਲੇ ਰਹਿੰਦੇ ਆ, ਠੀਕ ਹੈ, ਇੰਨਾ ਟਾਈਮ ਸਾਨੂੰ ਨਾਲ ਰਹਿੰਦਿਆਂ ਨੂੰ ਹੋ ਗਿਆ, ਅਸੀਂ ਆਪਦਾ ਸਿਰ ਨੀਵਾਂ ਕਰ ਲਾਂਗੇ, ਸਾਡਾ ਸਿਰ ਹੋਊਗਾ, ਤੁਹਾਡੇ ਸਾਰਿਆਂ ਦੀਆਂ ਜੁੱਤੀਆਂ ਹੋਣਗੀਆਂ। ਜੇ ਉਹਨੇ ਇੱਕ ਰੁਪਇਆ ਵੀ ਕਦੇ ਕਿਸੇ ਤੋਂ ਮੰਗਿਆ ਹੋਵੇ, ਖਾਧਾ ਹੋਵੇ, ਠੀਕ ਹੈ, ਪਤਾ ਨੀ ਕਿੰਨੇ ਕੁ ਲੋਕ ਪਏ ਨੇ ਜਿਹਦਾ ਭਲਾ ਕਰਿਆ ਬਾਈ ਨੇ। ਅਸੀਂ ਸਿਰਫ ਤੁਹਾਨੂੰ ਬੇਨਤੀ ਇਹ ਵੀਡੀਓ ਰਾਹੀਂ ਇਹ ਚੀਜ਼ ਕਰਦੇ ਹਾਂ ਵੀ ਇੱਕ ਸੱਚੇ ਸੁੱਚੇ ਬੰਦੇ ਦਾ ਜਿਹੜਾ ਕਿਰਦਾਰ ਹੈ ਉਹਨੂੰ ਇਹ ਨੀਵਾਂ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਆਹ ਚੀਜ਼ਾਂ ਨਾਲ। ਇਹਨਾਂ ਦੀਆਂ ਗੱਲਾਂ ਚ ਨਾ ਉਹ ਹਲੇ ਹੋਰ ਵੀ 5-7 ਬਾਈ ਤੇ ਹਲੇ ਹੋਰ ਭੌਂਕਣਗੇ ਬਹੁਤ ਕੁੱਤਿਆਂ ਵਾਂਗੂ ਵੀ ਇਹ ਦੇਖ ਲਓ ਇਹ ਫਲਾਣਾ। ਕਿਸੇ ਦੀਆਂ ਗੱਲਾਂ ਚ ਨਾ ਉਹ ਸੱਚ ਦਾ ਸਾਥ ਦਿਓ। ਭਾਨਾ ਸਿੱਧੂ ਇੱਕ ਪੰਜਾਬ ਵਾਸਤੇ ਲੜਨ ਵਾਲਾ ਬੰਦਾ ਤੇ ਉਹ ਕਦੇ ਵੀ ਤੁਹਾਡੇ ਤੋਂ ਭਾਈਦਾ ਨਹੀਂ ਹੈਗਾ। ਅਸੀਂ ਤੁਹਾਨੂੰ ਹੋਰ ਕੁਛ ਨਹੀਂ ਕਰਨ ਵਾਸਤੇ ਕਹਿੰਦੇ, ਸਿਰਫ ਇਹ ਹੈ ਵੀ ਸੱਚ ਦਾ ਸਾਥ ਦਿਓ ਤੇ ਸੱਚੇ ਬੰਦੇ ਤੇ ਯਕੀਨ ਰੱਖਿਓ। ਭਾਨਾ ਸਿੱਧੂ ਕਦੇ ਵੀ ਕਿਸੇ ਦਾ ਯਕੀਨ ਟੁੱਟਣ ਨਹੀਂ ਦਊਗਾ, ਇਹ ਸਾਡੀ ਵੀ ਜ਼ੁਬਾਨ ਹੈ, ਠੀਕ ਹੈ, ਸਾਡਾ ਸਿਰ ਤੁਹਾਡੀਆਂ ਜੁੱਤੀਆਂ ਹੋਣੀਆਂ। ਜੇ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਵੀ ਜਿਹੜੇ ਆ ਪਰਚੇ ਪਾਉਂਦੇ ਆ, ਜਿਵੇਂ ਬਾਈ ਨੇ ਵੱਡੇ ਵੀਰ ਨੇ ਪਹਿਲਾਂ ਕਿਹਾ ਵੀ ਭਾਨੇ ਦੀ ਛਵੀ ਖਰਾਬ ਕਰਨ ਦੇ ਲਈ ਇਹ ਕੁਛ ਕੀਤਾ ਜਾ ਰਿਹਾ, ਤੁਸੀਂ ਦੇਖੋ ਪਹਿਲੇ ਦਿਨ ਤੋਂ ਭਾਨੇ ਸਿੱਧੂ ਨੂੰ ਅਲਟੋ ਗੱਡੀ ਦੇ ਵਿੱਚ ਲੈ ਕੇ ਆਏ, ਠੀਕ ਹੈ, ਅਲਟੋ ਗੱਡੀ ਚ ਲੈ ਕੇ ਆਏ, ਉਸ ਤੋਂ ਬਾਅਦ ਆਹ ਨਵਾਂ ਪਰਚਾ ਪਾਇਆ, ਉਹ ਵੀ ਚੋਰੀ ਦਾ ਲੁੱਟ ਖੋਹ ਦਾ। ਭਾਨੇ ਦੀ ਛਵੀ ਨੂੰ ਖਰਾਬ ਕਰਨ ਦੇ ਲਈ ਉਹਦੇ ਉੱਪਰ ਝੂਠੇ ਪਰਚੇ ਪਾਏ ਜਾ ਰਹੇ ਆ, ਤੇ ਮੈਂ ਲੋਕਾਂ ਅੱਗੇ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਭਾਨੇ ਦਾ ਸਾਥ ਦਿਓ। ਅੱਜ ਨਜਾਇਜ਼ ਪਰਚੇ ਪਾਉਂਦੇ ਆ, ਕੱਲ ਨੂੰ ਹੁਣ ਬਸ ਰੱਬ ਮਿਹਰ ਕਰੇ ਸਾਡੇ ਭਰਾ ਦੇ ਉੱਪਰ ਕੋਈ ਆਂਚ ਨਾ ਆਵੇ। 29 ਤਰੀਕ ਨੂੰ ਵੱਡਾ ਇਕੱਠ ਰੱਖਿਆ ਗਿਆ ਪਿੰਡ ਕੋਟ ਦੁੰਨੇ 10:30 ਵਜੇ, 10-10:30 ਵਜੇ ਸਾਰਿਆਂ ਸਾਹਮਣੇ ਬੇਨਤੀ ਆ ਵੀ ਪਿੰਡ ਕੋਟ ਦੁੰਨੇ ਤੁਸੀਂ ਜ਼ਰੂਰ ਪਹੁੰਚਣਾ, ਤਾਂ ਕਿ ਆਪਾਂ ਵੱਧ ਤੋਂ ਵੱਧ ਇਕੱਠ ਕਰਕੇ ਪ੍ਰਸ਼ਾਸਨ ਨੂੰ ਦੱਸ ਸਕੀਏ ਵੀ ਪੂਰਾ ਪੰਜਾਬ ਭਾਨੇ ਦੀ ਪਿੱਠ ਦੇ ਉੱਪਰ ਖੜਾ ਹੈਗਾ, ਵੀ ਪੂਰੇ ਪੰਜਾਬ ਨੂੰ ਮਾਣ ਆ ਇਸ ਮੁੰਡੇ ਤੇ ਵੀ ਭਾਨਾ ਕਦੇ ਵੀ ਗਲਤ ਨਹੀਂ ਕਰ ਸਕਦਾ।